ਅਸਲਾਮ ਵਾਲੇਕੁਮ ਸਿੰਡੋ ਅਤੇ ਮਿੱਤਰੋ, ਵੈਲਕਮ ਬੈਕ ਟੂ ਦਾ ਸੈਕਿੰਡ ਪਾਰਟ। ਜਿਹੜਾ ਸਖੀ ਪੀਰ ਜੀਵਨ ਸਰਕਾਰ ਸਾਹਿਬ ਦੇ ਮੇਲੇ ਦਾ ਦੂਸਰਾ ਪਾਰਟ ਤੁਹਾਨੂੰ ਦਿਖਾਵਾਂਗੇ। ਉੱਪਰ ਆ ਗਏ ਆ, ਇਹਦੇ ਵਿੱਚ ਮੋਟਰਸਾਈਕਲ ਦੋ ਖੜੇ ਆ। ਜਵਾਨ ਆਏਗਾ ਇਹਨਾਂ ਫੱਟਿਆਂ ਦੇ ਉੱਤੇ ਮੋਟਰਸਾਈਕਲ ਚਲਾਏਗਾ, ਯਾਨੀ ਆਪਣੀ ਮੌਤ ਨਾਲ ਖੇਡਦਾ ਆ, ਹੱਥ ਛੱਡ ਦਿੰਦੇ ਆ ਜਦੇ ਇਹ ਮੌਤ ਜਿਹੜੇ ਮੇਲੇ ਦਾ ਇੱਕ ਹੁਸਨ ਹੁੰਦਾ ਆ। ਬੱਚਿਆਂ ਨੂੰ ਨਾਲ ਲੈ ਕੇ ਆਏ, ਇੰਜੋਏ ਕਰਾ ਰਹੇ ਹੋ ਬੱਚਿਆਂ ਨੂੰ ਮੇਲਾ? ਚਲੋ ਠੀਕ ਆ, ਦੇਖ ਲੋ ਜੀ ਫੈਮਲੀਆਂ ਆਈਆਂ ਹੋਈਆਂ, ਫੈਮਲੀਆਂ ਨੂੰ ਜਿੱਦਾਂ ਭਾਈ ਹੋਣੀ ਨੇ ਬੱਚਾ ਚੁੱਕਿਆ ਹੋਇਆ, ਇਹ ਜੋ ਮੌਤ ਆ ਖੁਦ ਖਾ ਰਹੇ, ਛੋਟੇ ਛੋਟੇ ਬੱਚਿਆਂ ਨੂੰ ਇੰਜੋਏ ਕਰਾ ਰਹੇ ਨੇ। ਮੇਲਾ ਹੈ ਹੀ ਇਸ ਚੀਜ਼ ਦਾ ਨਾਂ ਆ ਕਿ ਇੰਜੋਏ ਕਰਨਾ, ਆਉਣਾ, ਸਲਾਮ ਕਰਦੇ ਆ ਲੋਕ, ਸਲਾਮ ਕਰਕੇ ਇੱਥੇ ਮੁਖਤਲਿਫ ਚੀਜ਼ਾਂ ਲੱਗੀਆਂ ਹੋਈਆਂ, ਕੋਈ ਖਾ ਰਿਹਾ, ਕੋਈ ਪੀ ਰਿਹਾ, ਕੋਈ ਮੌਤ ਆ ਖੂਹ ਦੇ ਰਿਹਾ, ਕੋਈ ਝੂਲੇ ਲੈ ਰਿਹਾ ਹੈਗਾ। ਇਹੀ ਮੇਲਿਆਂ ਦਾ ਹੁਸਨ ਹੁੰਦਾ ਆ, ਉਹ ਤਮਾਮ ਵਧੀਆ ਕਰਦੀਆਂ। ਹਾਂਜੀ ਨਾਜ਼ਰੀਨ, ਮੌਤ ਦੇ ਖੂਹ ਦਾ ਸ਼ੋਅ ਸ਼ੁਰੂ ਹੋਣ ਲੱਗਾ ਸੀ। ਉਸ ਤੋਂ ਪਹਿਲੇ ਤੁਸੀਂ ਦੇਖ ਸਕਦੇ ਹੋ ਆਵਾਮ ਕਿੱਦਾਂ ਕਤਾਰ ਬਣਾ ਕੇ ਲਾਈਨ ਦੇ ਵਿੱਚ ਖੜੀ ਹੈ ਸ਼ੋਅ ਨੂੰ ਦੇਖਣ ਵਾਸਤੇ। All right.
ਜੀ ਨਾਜ਼ਰੀਨ, ਮੌਤ ਦਾ ਖੂਹ ਤੁਹਾਨੂੰ ਪਕਾਇਆ ਗਿਆ। ਅਸੀਂ ਹੁਣ ਗੱਲਬਾਤ ਕਰ ਰਹੇ ਹਾਂ, ਜਿਹੜੇ ਜਵਾਨ ਨੇ ਮੋਟਰਸਾਈਕਲ ਚਲਾਇਆ ਔਰ ਬੜੀ ਸਪੀਡ ਨਾਲ ਚਲਾਇਆ, ਇਹਨੇ ਪਹਿਲੇ ਦੋਨੇ ਹੱਥ ਛੱਡ ਕੇ ਵੀ ਚਲਾਇਆ, ਇੱਕ ਸਾਈਡ ਤੇ ਲੱਤਾਂ ਕਰਕੇ ਵੀ ਚਲਾਇਆ। ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿੰਨੇ ਸਾਲ ਦਾ ਤਜਰਬਾ। ਅਸਲਾਮ ਅਲੈਕਮ। ਕੀ ਨਾਂ ਜੀ ਆਪਣਾ? ਮੁਹੰਮਦ ਇਸਮਾਇਲ। ਇਸਮਾਇਲ ਭਾਈ, ਕਿੰਨੇ ਸਾਲ ਹੋ ਗਿਆ ਮੌਤ ਦੇ ਖੂਹ ਮੋਟਰਸਾਈਕਲ ਚਲਾਉਂਦੇ ਆ? ਇੱਕ ਸਾਲ ਹੋ ਗਈ। ਇੱਕ ਸਾਲ ਹੋ ਗਿਆ ਇਹ ਮੌਤ ਦੇ ਖੂਹ ਦੇ ਵਿੱਚ ਚਲਾਉਂਦੇ ਆ? ਡਰ ਨੀ ਲੱਗਦਾ? ਨਹੀਂ। ਹਾਂਜੀ? ਨਹੀਂ। ਕਦੀ ਕੋਈ ਹਾਦਸਾ ਤਾਂ ਨੀ ਹੋਇਆ? ਬੜੀ ਵਾਰੀ ਚੋਟਾਂ ਲੱਗਦੀਆਂ। ਇਸ ਤੋਂ ਪਹਿਲੇ ਕੀ ਕਰਦੇ ਸੀ? ਇਹ ਸਿੱਖਣਾ ਪੈਂਦਾ ਜਾਂ ਕਿੱਦਾਂ ਇਹਦਾ ਹੈਗਾ? ਮੈਂ ਸਿੱਖਣਾ ਪੈਂਦਾ, ਟ੍ਰੇਨਿੰਗ ਲੈਣੀ ਪੈਂਦੀ ਹੈ। ਕਿੰਨੀ ਦੇਰ ਦੀ ਟ੍ਰੇਨਿੰਗ ਹੁੰਦੀ ਤੁਹਾਡੀ? ਹੈ ਬਸ, ਕੋਈ ਜਲਦੀ ਸਿੱਖ ਜਾਂਦਾ ਹੈ, ਕੋਈ ਲੇਟ ਸਿੱਖਦਾ ਹੈਗਾ। ਤੁਹਾਡਾ ਮਾਸ਼ਾਅੱਲਾ ਸਿੱਖਣ ਤੋਂ ਬਾਅਦ ਇੱਕ ਸਾਲ ਦਾ ਐਕਸਪੀਰੀਅੰਸ ਹੋ ਗਿਆ ਚਲਾਉਂਦੇ ਆਇਆਂ? ਜਦੋਂ ਹੱਥ ਛੱਡ ਦਿੱਤੇ, ਲੱਤਾਂ ਵੀ ਦੋਨੋਂ ਤੁਸੀਂ ਇੱਕ ਸਾਈਡ ਤੇ ਕਰ ਦਿੱਤੀ ਆ, ਉਦੋਂ ਡਰ ਨੀ ਲੱਗਾ? ਨਹੀਂ, ਮੇਰਾ ਤਜਰਬਾ ਜੋ ਹੋ ਗਿਆ, ਮੈਂ ਬੈਲੈਂਸ ਨਹੀਂ ਕੰਟਰੋਲ ਕਰ ਲੈਣਾ ਹੈਗਾ। ਜੀ ਨਾਜ਼ਰੀਨ, ਕਹਿੰਦੇ ਕੋਈ ਡਰ ਨੀ ਲੱਗਦਾ, ਮੈਂ ਇਸ ਕੰਮ ਨੂੰ ਸਿੱਖਿਆ, ਪ੍ਰੋਫੈਸ਼ਨਲ ਬੰਦਾ ਆ ਕੰਮ ਕਰਨ ਵਾਲਾ, ਨਾਲੇ ਰੋਜ਼ੀ ਦੀ ਖਾਤਰ ਆ, ਸਪੇਟ ਦੀ ਖਾਤਰ ਇਨਸਾਨ ਬੜੇ ਬੜੇ ਖੇਡ ਜਾਂਦਾ, ਜਾਨ ਤੇ ਖੇਡ ਜਾਂਦਾ। ਇਹਨਾਂ ਦਾ ਅੱਲਾ ਪਾਕ ਨੇ ਰਿਜ਼ਕ ਇਸ ਕੰਮ ਦੇ ਵਿੱਚ ਲਿਖਿਆ ਹੋਇਆ, ਹਰ ਬੰਦੇ ਨੂੰ ਅਲੱਦਾ ਅਲੱਦਾ ਫਨ ਹੁੰਦਾ, ਜਿੱਦਾਂ ਜਿੱਦਾਂ ਜਿਹਦੇ ਕੋਲ ਕੋਈ ਫਨ ਹੁੰਦਾ ਉਹ ਕੋਸ਼ਿਸ਼ ਕਰਦਾ ਆਪਣਾ ਫਨ ਦਿਖਾਉਣ ਦੀ। ਠੀਕ ਹੈ ਉਸਤਾਦ ਜੀ, ਮਿਲ ਕੇ ਤੁਹਾਡੇ ਨਾਲ ਬੜੀ ਖੁਸ਼ੀ ਹੋਈ। ਕਿੱਥੇ ਦੇ ਰਹਿਣ ਵਾਲੇ ਹੋ? ਫੈਸਲਾਬਾਦ। ਫੈਸਲਾਬਾਦ ਦੇ? ਇੱਥੇ ਹਰ ਵੇਲਿਆਂ ਤੇ ਜਾਂਦੇ ਹੋ ਤੁਸੀਂ? ਜੀ। ਚਲੋ ਠੀਕ ਹੈ ਭਾਈ, ਅਨਬੜੀ ਜਿੰਦਾ। ਜੇ ਨਾਜ਼ਰੇ, ਗਾਣਾ ਵੀ ਲੱਗਾ ਝੂਠਾ ਵਾਦਾ। ਮੇਲੇ ਤੇ ਅਗਰ ਕੋਈ ਫਰਾਡ ਹੁੰਦਾ ਤੇ ਇਸ ਚੀਜ਼ ਦਾ ਹੁੰਦਾ ਨਾ, ਕੋਈ ਛੇ ਲੱਤਾਂ ਹੁੰਦੀਆਂ, ਨਾ ਕੋਈ ਐਸਾ ਜਾਨਵਰ ਹੁੰਦਾ, ਤੇ ਆਵਾਮ ਨਾਲ ਸਿੱਧਾ ਫਰਾਡ ਹੁੰਦਾ। ਠੀਕ ਹੈ, ਇਹਦੀ ਟਿਕਟ ਲੈ ਲੈਂਦੇ ਆ ਲੋਕ, ਜਦੋਂ ਜਾਂਦੇ ਆ ਅੰਦਰ ਕੁਛ ਨੀ ਹੁੰਦਾ। ਮੇਲੇ ਦਾ ਸਭ ਤੋਂ ਵੱਡਾ ਫਰਾਡ ਇਹ ਹੁੰਦਾ ਜਿਹੜਾ ਇਹ ਫਰਾਡ ਕਰ ਰਹੇ ਨੇ। ਠੀਕ ਹੈ, ਬਾਕੀ ਜੋ ਹੈ ਓਰਿਜਨਲ ਸਾਹਮਣੇ ਚੀਜ਼ ਹੁੰਦੀ ਆ, ਇਹ ਸਾਰਾ ਫਰਾਡ ਆ। ਨਾ ਕੋਈ ਏਦਾਂ ਦੁੱਧ ਦੇਣ ਵਾਲੀਆਂ, ਨਾ ਛੇ ਲੱਤਾਂ ਆ ਕਿਸੇ ਗਾਂ ਦੀਆਂ। ਤੁਸੀਂ ਅੰਦਰ ਜਾ ਕੇ ਦੇਖੋਗੇ, ਕੋਈ ਸ਼ੈ ਨਹੀਂ ਹੋਏਗੀ। ਕੀ ਗੱਲ ਆ? ਹਾਂਜੀ ਨਾਜ਼ਰੀਨ, ਇਹਦਾ ਥਰਡ ਪਾਰਟ ਤੁਹਾਨੂੰ ਕੱਲ ਮਿਲੇਗਾ, ਜਿਹਦੇ ਵਿੱਚ ਤੁਹਾਨੂੰ ਲੱਕੀ ਰਾਣੀ ਦਿਖਾਈ ਜਾਏਗੀ, ਕਿਉਂਕਿ ਇੱਥੇ ਵੱਡੀ ਲੱਕੀ ਰਾਣੀ ਆਈ ਸੀ, ਤੁਹਾਨੂੰ ਮੁਕੰਮਲ ਉਹ ਵੀ ਦਿਖਾਈ ਜਾਏਗੀ। ਜੇ ਤੁਹਾਨੂੰ ਸਾਡੀ ਇਹ ਵੀਡੀਓ ਅੱਛੀ ਲੱਗੀ ਹੈ ਤਾਂ ਸਾਡੀ ਵੀਡੀਓ ਨੂੰ ਲਾਈਕ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇਸ ਦੇ ਨਾਲ ਹੀ ਸਾਨੂੰ ਦਿਓ ਇਜਾਜ਼ਤਾਂ। ਅੱਲਾ ਹਾਫਿਜ਼।